ਉਹਰ ਤੂੰ ਸਾਸੁਰੇ ਕਸ ਖਾਬ ਵੀ ਦਿਖਿਆ ਉਸ ਪੂਰਾ ਕੀ ਮਾਮਲਾ ਸਾ ਬਹੁਤ ਇਨਸਾਨ ਨਾਲ ਨਾਲ ਉਹ ਤਾਂ ਸਿਰ ਹ ਤਾ ਬਹੁਤ ਨਾਲ ਇਨਸਾਨ ਬਾਈ ਤੇ ਅਗਰ ਮਾਰ ਗਿਆ ਇਨਸਾਨ ਲੋਕਾਂ ਸੋਂ ਪਹਿਲਾਂ ਤੁਸੀਂ 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 ਜਬਾਨ ਨਹੀਂ ਅਸਾਂ ਸੁਣਿਆ ਕਿ ਕੋਈ ਆਤਨ ਜਿਸ ਕੋ ਦਫਨਾਇਆ ਨਾ ਹਾਂ ਕੋਈ ਆਤਨ ਜੀ ਇਸਲਾਮ ਸੀ ਖਾਰਜ ਹੈ ਬਾਈ ਤੇ ਅੱਲਾ ਅੱਲਾ ਦੇ ਹੱਥ ਵਿੱਚ ਸਾਰੇ ਕੋਈ ਮਾਰ ਗਿਆ ਇਨਸਾਨ ਫਿਰ ਤੁਸੀਂ ਕਿਹ ਲੋ ਦੇਖ ਕਿੰਨੇ ਵਜੇ ਤੁਸੀਂ ਇੱਕ ਖਾਬ ਤੁਸੀਂ ਸੁਣ ਜਿਹੜਾ ਵੀ ਇਹ ਸੁਣਿਆ ਇਹ ਖਾਬ ਵੀ ਸੁਣਿਆ ਖਾਬ ਵੀ ਸੁਖਾਬ ਆ ਵੀ ਦਿਖੇ ਪਹਿਲੀ ਵਾਰ मतलब मैं समाज सेवा ज्यादा कर दी है कि मैं हर जगह लंगर लेनी है जी मैं चंडीगढ़ और लोग आखते हैं कि ना भाई ये झूठ मार दिया इसको राम किया आ गया इसको कि नहीं आया इसको वो आया इसका जनाजा ना पड़सा इसको मतलब इस्लाम बार बार में चाहे रात दो बजे मतलब इंसून जुंडाया उस एक इंसान के रूप में ਤੁਸੀਂ ਇਤਨੀ ਬੜੀ ਸੋਚੋ ਕਿ ਇਨਸਾਨ ਦੇ ਰੂਪ ਵਿੱਚ ਮੈਂ ਆਇਆ ਉਸ ਤੋਂ ਬਾਅਦ ਮੈਂ ਉઠીਆਂ 10 ਮਿੰਟ ਬੈਠੀਆਂ ਸੋਚਿਆ ਕਿ ਇਹ ਬੜਨਲ ਕੀ ਹੋ ਗਿਆ ਨਾ ਕਿ ਅੱਜ ਤੱਕ ਤਾਂ ਐਸਾ ਸਾਰੇ ਨਗਰਾਈ ਲੋਕ ਤਮਤ ਉਹਨਾਂ ਕੋ ਸ਼ਹਿਰਾਂ ਵਿੱਚ ਰਹਿੰਦਾ ਹੁੰਦਾ ਫਿਰ ਵੀ ਇਨਸਾਨਾਂ ਕੋ ਨੋਲਜ ਆਂਦੀ ਹੈ ਨਾ ਉਹਨਾਂ ਕੋ ਇਸ ਚੀਜ਼ਾਂ ਦੀ ਨੋਲਜ ਨਾ ਸੀ ਉਹ ਨਹੀਂ ਸਾਰੇ ਮੈਂ ਕਿਹਾ ਤੂੰ ਅਯੁੱਧਿਆ ਪਹੁੰਚ ਤੂੰ ਹਰ ਜਾਈ ਲੰਗਰ ਚ ਲੈਣੀ ਹੈ ਹਰ ਜਾਈ ਆਪਣੀ ਸਮਾਜ ਸੇਵਾ ਦੇਣੀ ਹੈ ਤਾਂ ਤੂੰ ਅਯੁੱਧਿਆ ਪਹੁੰਚ ਜਿਉਂ ਇਹ ਗਾਲ ਆਖਣ ਵਾਰ ਵਾਰੀ ਤਮ ਕੋਈ ਦਿਮਾਗ ਵਿੱਚ ਨਾ ਸਕਿਆ ਜੰਮੂ ਤਣੀ ਤੁਸਾਂ ਕੋਈ ਗੱਲਬਾਤ ਕਿਸੇ ਨਾਲ ਨਹੀਂ ਕੀਤੀ ਨਹੀਂ ਉਥੋਂ ਨਹੀਂ ਕੀਤੀ ਇਹ ਤੁਸੀਂ ਜੰਮੂ ਸੀ ਹਾਂ ਜੰਮੂ ਸੀ ਵਾਰ ਲੋਈ ਉਥੋਂ ਨਹੀਂ ਕੀਤੀ ਕਿ ਕਿ ਉਥੋਂ ਮੈਂ ਕਿਸੇ ਨਾਲ ਕਿ ਮਰਿਆ ਨੂੰ ਕੋ ਇਤਨਾ ਨਾ ਪਤਾ ਸਕੇ ਮਾੜੀ ਵੀਡੀਓ ਵਾਇਰਲ ਹੋ ਸੀ ਮੈਂ ਆਖੇ ਨੋਰਮਲ ਜੀ ਇਸਨ ਗੱਲ ਪੁੱਛੀ ਉਹ ਆਹ ਲਗਾ ਸ਼ੀਰਾਮ ਦੇ ਚੰਡੇ ਨਾਰੇਲਾ ਤੋ ਮੈਂ ਲਾਸਟੇ ਹੋਰ ਮਾਰੇ ਲੋਕੇ ਆ ਕਿ ਇਨਕੇ ਇਸਲਾਮ ਸੀ ਖਾਰਜ ਹੋ ਗਈ ਜੀ ਇਸਨ ਆਪਣਾ ਮਜ਼ਹਬ ਵੀੜੇ ਛੋੜੀ ਦਿੱਤਾ ਤੇ ਆਖਦੇ ਨੇ ਨਕਮੈਂਟ ਇਹਨਾਂ ਫੋਨ ਇਹਨਾਂ ਧਮਕੀਆਂ ਇਹਨਾਂ ਮਤਲਬ ਉਸ ਤੋਂ ਬਾਅਦ ਆਖਦੇ ਨੇ ਕਸ਼ਮੀਰ ਵਿੱਚ ਐਸੀ ਇਸ ਕੋ ਮਾਰ ਸੋ ਸੈਤੀ ਮੁੰਡੀ ਤੋੜ ਸੋ ਸੈ ਇਸ ਇਹ ਮਤਲਬ ਇਸਲਾਮ ਚ ਬਾਹਰ ਹੋ ਗਈ ਇਸ ਦਾ ਜਨਾਜ਼ਾ ਨਾ ਪਰਸਾ ਇਸ ਦੀ ਕਬਰ ਰ ਵਿੱਚ ਇਸ ਕੋ ਜਾ ਨਾ ਦੇਸਾ ਇਹ ਨਾ ਕਰਸ ਉਹ ਭਾਈ ਇਹ ਚੀਜ਼ਾਂ ਤੁਸੀਂ ਨੀਕੀ ਜੀ 20 ਸਾਲ ਦੀ ਕੁੜੀ ਹੈ ਮੈਂ ਤਾਂ ਚਲੋ ਇੱਕ ਲੇਡੀਸ ਹੈ ਨਾ 20 ਸਾਲ ਦੀ ਕੁੜੀ ਐ ਸਦੀ ਉੜੀ ਦੀ ਪਾੜੀ ਉਸ ਵਜਨ ਗਾਇਆ ਉਸ ਵਜਨ ਨੂੰ ਸੁਣਿਆ ਤੁਸੀਂ ਕਿ ਇਸ ਤਰ੍ਹਾਂ ਮਤਲਬ ਕਿ ਕਿਸ ਚੀਜ਼ ਵਾਸਤੇ ਕੀਤਾ ਖੁਦ ਸੋਚੋ ਨਾ ਉਸ ਕੋ ਵੀ ਇੱਕ ਮਨ ਦਿਲ ਇਹ ਆ ਕੇ ਉਸ ਤਾਂ ਇਹ ਆ ਕੇ ਕਹਿੰਦਾ ਕਿ ਉਹ 마ਸੂਮ ਆਸੀ ਅੱਛਾ ਉਹ ਮਾਸੂਮ ਆਸੀ ਮੈਂ ਬੜੀ ਆਸੀ ਆ ਨਾ ਕਿਵੇਂ ਗਲਤੀ ਕਰ ਰਹੀ ਆ ਇਹ ਗਲਤੀ ਨਹੀਂ ਆ ਕਿ ਚਲੋ ਅਗਰ ਮਾੜੀ ਸਿੰਘ ਗਲਤੀ ਹੋ ਗਈ ਠੀਕ ਹੈ ਜੇ ਕੁਝ ਵੀ ਹੋ ਗਿਆ ਚਲੋ ਮਗਰ ਫਿਰ ਵੀ ਗਲਤ ਕਮੈਂਟ ਨਹੀਂ ਕਰਨੇ ਚਾਹੀਦੇ ਹੈ ਨਾ ਚਲੋ ਹੁੰਦੀ ਹੈ ਇਨਸਾਨ ਥੋੜਾ ਬਹੁਤ ਅਹਿਸਾਸ ਹੋ ਰਿਹਾ ਕਿ ਜੋੜਾ ਤੁਸੀਂ ਕੋਈ ਗਲਤ ਨਹੀਂ ਕੀਤਾ ਮੈਂ 15 ਸਾਲ ਸੀ ਕਰਦੀ ਆਈ ਹਾਂ ਮੈਂ ਕਿਸ ਗੱਲ ਦੀ ਗਲਤੀ ਕੀਤੀ ਹੈ ਅਗਰ ਤੁਸੀਂ ਇੱਕ ਜਾਈ ਤੁਸੀਂ ਕਿਸੇ ਨਾਲ ਖਲਤੇ ਦਿਓ 15 ਸਾਲ ਵਿੱਚ ਆਏ ਉਹ ਹਿੰਦੂ ਹੈ ਮੁਸਲਮ ਹੈ ਸਿੱਖ ਹੈ ਸਾਈ ਹੈ ਕਿਸੇ ਮਜ਼ਬਦ ਦਾ ਵੀ ਹੋਇਆ ਮੈਂ ਉਸ ਦੀ ਹੈਲਪ ਕਰਦੀ ਹਾਂ ਡਰ ਨਹੀਂ ਲੱਗਦਾ ਡਰ की, डर ना चीज ही नहीं है डर किसा कमेंट करते में में समाज सेवा भेज गें दी गें दी रह सैं डर दी ना मैं राम मंदिर भी गुरुद्वारे भी सा, चर्च भी सा, नमाज भी पढ़ सा, रोजा भी रख मैं हर तरह ना काम कर सा, और मैं हर बंदा मैं हमेशा इन्होंने जगह गए स जिसकी जो ताकत है मंगो हाँ मुक मारना चाहिए मैं जम्मू भी बैठी दी मारो कश्मीर में कल रुक कर सा ਗਾਟੀ ਵਿੱਚ ਕਿਹ ਚੀਜ਼ ਆਸਤੀ ਹੈ ਤਾਂ ਅਸਾਂ ਕੋ ਟੰਡਲ ਵੀ ਥੈਸੀ ਅਸਾਂ ਕੋ ਐਸਟੀ ਵੀ ਥੈਸੀ ਆਸੀਂ ਤਾਂ ਵਾਈ ਆਸੀ ਪਹਾੜੀ ਜੜਿਆ ਨਾ ਆਸੀਂ ਤਾਂ ਬਲੇ ਬਲੇ ਆਸਤੀ ਤਾਂ ਪੁੱਛੋ ਮਤ ਗੱਲ ਕੀ ਆਸਤੀ ਐਸ਼ ਆਸਤੀ ਬੜੀ ਐਸ਼ ਹੈ ਕਿ ਅੱਜ ਤੱਕ ਕੋ ਕਿਸੇ ਪਾਰਟੀ ਵਾਰੇ ਜਗਾ ਲਿਆ ਨਹੀਂ ਕਿਸੇ ਜਗਾ ਲਿਆ ਇੱਕ ਕਮਪਲ ਸਦ ਦੁਨੀਆ ਹੋ ਗਈ ਸੀ ਸਾਰੀ ਜਸ਼ਨ ਚਰਸੀ ਪੂਰਾ ਫੁੱਲ ਜਸ਼ਨ ਬਾਕੀ ਜਿਹੜੇ ਇਹ ਨਾ ਇੱਕ ਟੁੱਟੇ ਲੋਗ ਇਹਨਾਂ ਸਿੱਤਾ ਮੈਂ ਬਿਲਕੁਲ ਨਾ ਡਰਦੀ ਆਉਣ ਮੈਂ ਜੰਮੂ ਬੈਠੀ ਆ ਕਿਸੀ ਤਾਕਤ ਹਮ ਕੋ ਮਾਰੀ ਦੀ ਕਿਸੀ ਹਿੰਮਤ ਹੈ ਉਹ ਗਲਤ ਕਮੈਂਟ ਕਰ ਰਹੀ ਭਾਈ ਪਬਲਿਕਿਟੀ ਪਬਲਿਕਿਟੀ ਮੈਂ ਕਿਸ ਵਾਸਤੇ ਕਰសា ਇਲੈਕਸ਼ਨ ਮੈਂ ਲੜੀ ਦੀਆਂ ਚਾਰ ਪੀਐਸਓ ਮਾਰੇ ਨਾਲਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਆ ਹਰ ਤਰ੍ਹਾਂ ਦਾ ਮਤਲਬ ਮਾਰੇ ਨਾਲ ਸੁਲਤ ਤਾਂ ਮੈਂ ਕਿਸ ਵਾਸਤੇ ਪਬਲਿਕਿਟੀ ਕਰਸਾ ਅਸਲਾਮੁਅਲੈਕੁਮ ਨਾਜ਼ਰੀਨ ਡੇਲੀ عوامی ਲਹਿਰ نیوز ਵਿੱਚ ਤੁਸਤਾ ਖੈਰ ਮੁਕਦਮ ਕਰਦਿਆਂ ਤੋਂ ਅੱਜ ਮਾਰੇ ਨਾਲ ਗੱਲਬਾਤ ਕੀਤੇ ਵਾਸਤੇ ਬਿਲਕੁਲ ਮੈਂ ਤਾਂ ਮੈਂ ਤਾਂ ਹਮੇਸ਼ਾ ਆਪਣੀ ਇੱਕ ਹੀ ਡਿਮਾਂਡ ਰੱਖਦੀ ਆ ਕਿ ਮੇ ਜਿਸਲੀ ਵੀ ਮਰੀਆਂ ਮਾਰੇ ਪਿਓ ਦੇ ਪਾਸਾ ਨਾਲ ਦਫਨਾ ਸਕਿਓ ਕੰਡਿਆਸਤਾ ਕਬਰਸਤਾਨ ਹੈ ਮੈਂ ਉੱਥੇ ਦਫਨਾ ਹੋਸਾ